वारिस पंजाब दे मुखी अमृतपाल सिंह दे चार साथियों 23 मार्च तक पुलिस रिमांड ते भेज दिता गया है। अमृतसर दी बाबा बकाला अदालत ने सोमवार नूं अमृतपाल सिंह दे चार साथियों नूं 23 मार्च तक पुलिस रिमांड ते भेजिया है। इन्हां चारां व्यक्तियां भुपिंदर सिंह, गुरप्रीत सिंह, सुखमनजीत सिंह अते हरप्रीत सिंह नूं पुलिस रिमांड विच भेज दिता गया है। आओ सुनदे हां एडवोकेट हरप्रीत दे वल्लों दित्ती गई पूरी जानकारी। एफआईआर नंबर 26 है जी, पीएस खलती अंडर सेक्शन 279 186 506 336 ते 25 ਰੇਜਾ ਨਾਲ ਨਾ ਦੱਸ ਦਿਓ ਜਨਾਂ ਦੀ ਫਾਈਨਲੀ ਇੱਕ ਹੈ ਜੀ ਗੁਰਪ੍ਰੀਤ ਸਿੰਘ, ਦੂਸਰਾ ਭੁਪਿੰਦਰ ਸਿੰਘ ਹੋ ਗਿਆ ਸ਼ੇਰੂ, ਤਿੰਨ ਨੰਬਰ ਹੈਗਾ ਸੁਖਮਨਜੀਤ ਸਿੰਘ ਕੁਲਸ਼ਿਕਾ, ਚਾਰ ਨੰਬਰ ਹੈਗਾ ਜੀ ਹਰਪ੍ਰੀਤ ਸਿੰਘ ਪੁੱਤਰ ਜਸਪਾਲ। ਕਿੰਨੇ ਚਿਰ ਦਾ ਰਿਮਾਂਡ ਮਿਲਿਆ? ਇਹਨਾਂ ਦਾ 7 ਦਿਨ ਦਾ ਰਿਮਾਂਡ ਮੰਗਿਆ ਸੀ ਮਾਨਯੋਗ ਅਦਾਲਤ ਨੇ 23 ਤਰੀਕ ਦਾ ਜਿਹੜਾ। ਸਰ ਕਿਸ ਵਿਆਹ ਤੇ ਇਹਨਾਂ ਦਾ ਰਿਮਾਂਡ ਮੰਗਦੇ ਪਏ ਸੀ ਔਰ ਕੀ ਕਿਹਨੇ ਕੋਲ ਰਿਕਵਰ ਕਰਨਾ ਸੀ? ਇਹਨਾਂ ਕੋਲ ਰਿਕਵਰੀ ਵਾਸਤੇ ਕਹਿੰਦੇ ਜੀ ਇਹਨਾਂ ਕੋਲ ਸਲਾਹ ਰਿਕਵਰ ਕਰਨ। ਵੈਸੇ ਜੋ ਇਹਨਾਂ ਨੇ ਹੁਣ ਕੋਰਟ ਦੇ ਵਿੱਚ ਦੱਸਿਆ ਕੋਈ ਰਿਕਵਰੀ ਫਿਲਹਾਲ ਦੱਸੀ ਪੁਲਿਸ ਨੇ? ਨਹੀਂ ਫਿਲਹਾਲ। ਠੀਕ ਹੈ ਜੀ, ਸਾਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਹੀ ਸੰਬੰਧ ਰੱਖਦੇ? ਨਹੀਂ, ਵੱਖਰੇ ਵੱਖਰੇ ਜੀ। ਇਸ ਕੇਸ ਨੂੰ ਬੰਦ ਹੋ ਗਿਆ ਸੀ। ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX News ਦਾ ਅਫੀਸ਼ੀਅਲ YouTube ਚੈਨਲ।